ਦੋਸਤੋ, ਇਹ ਜਿਹੜਾ ਤੁਸੀਂ ਵਿਜ਼ੂਅਲ ਦੇਖ ਰਹੇ ਹੋ, ਇਹ ਕਿਚਨ ਗਾਰਡਨਿੰਗ ਦਾ ਕਨਸੈਪਟ ਹੈਗਾ। ਕਰਤਾਰਪੁਰ ਵਿਖੇ ਬਹੁਤ ਅੱਛੀ ਟ੍ਰੇਨਿੰਗ ਇਹ ਦਿੱਤੀ ਜਾਂਦੀ ਹੈਗੀ ਆ। ਹੁਣ ਅਸੀਂ ਗੱਲਬਾਤ ਕਰਾਂਗੇ ਕੋਮਲਪ੍ਰੀਤ ਜੀ। ਕੋਮਲਪ੍ਰੀਤ ਜੀ, ਇਹ ਬਹੁਤ ਅੱਛਾ ਮੈਨੂੰ ਲੱਗਾ ਹੈਗਾ। ਹਾਂਜੀ ਹਾਂਜੀ। ਅਤੇ ਇਹ ਕੀ ਚੀਜ਼ਾਂ ਅਸੀਂ ਕਿਚਨ ਵਿੱਚ ਉਗਾ ਸਕਦੇ ਹੈਗੇ ਕਿਚਨ ਗਾਰਡਨਿੰਗ 'ਚ? ਇਹ ਆਪਣੇ ਕੋਲ ਕਿਚਨ ਗਾਰਡਨਿੰਗ ਦਾ ਇੱਕ ਮਾਡਲ ਬਣਿਆ ਹੋਇਆ, ਜਿਹਦੇ ਵਿੱਚ ਆਪਾਂ ਘਰੇਲੂ ਵਰਤੋਂ ਦੀ ਆਪਾਂ ਸਾਰੀਆਂ ਸਬਜ਼ੀਆਂ ਦੇ ਵਿੱਚ ਮੌਸਮ ਦੇ ਹਿਸਾਬ ਨਾਲ ਸਾਰੀਆਂ ਉਗਾ ਸਕਦੇ ਹਾਂ, ਜਿਹਦੇ ਨਾਲ ਆਪਣੀ ਰੋਜ਼ਾਨਾ ਦੀ ਜਿਹੜੀ ਜ਼ਰੂਰਤ ਹੈ ਸਬਜ਼ੀ ਦੀ ਉਹ ਪੂਰੀ ਹੋ ਜਾਂਦੀ, ਤਾਂ ਕਿ ਆਪਾਂ ਨੂੰ ਬਾਹਰੋਂ ਕੋਈ ਸਬਜ਼ੀਆਂ ਲੈਣ ਦੀ ਜ਼ਰੂਰਤ ਨਾ ਪਵੇ। ਇਹਨਾਂ 'ਤੇ ਆਪਾਂ ਨੂੰ ਘਰ ਦੇ ਵਿੱਚ ਲੱਗੇ ਹੋਣ ਕਰਕੇ ਆਪਣੇ ਧਿਆਨ ਦੇ ਵਿੱਚ ਹੁੰਦਾ ਕਿ ਕਿੰਨੀ ਕੁ ਆਪਾਂ ਇਹਨਾਂ 'ਤੇ ਕੋਈ ਸਪਰੇਅ ਕੀਤੀ ਹੈ ਜਾਂ ਨਹੀਂ ਕਰ ਰਹੇ। ਕਾਫੀ ਹੱਦ ਤੱਕ ਵੈਸੇ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਦਵਾਈ ਦੀ ਜ਼ਰੂਰਤ ਨਾ ਪਵੇ, ਤਾਂ ਕਿ ਆਪਣੀ ਸਿਹਤ ਲਈ ਜਿਹੜੀ ਹੈਗੀ ਆ ਚੰਗੇ ਤਰੀਕੇ ਦੀ ਆਪਾਂ ਚੀਜ਼ ਖਾ ਸਕੀਏ। ਇਹ ਦੱਸਿਓ, ਆਹ ਤਾਂ ਤੋਰੀਆਂ ਮੇਰੇ ਖਿਆਲ ਜਿਹੜੀਆਂ ਲੱਗੀਆਂ ਹਨ, ਹਾਂਜੀ, ਅਤੇ ਇਹ ਕਦੋਂ ਖਿਲਾਈਆਂ ਸੀ ਤੁਸੀਂ? ਇਹ ਅੱਜ ਤੋਂ ਮਹੀਨਾ ਪਹਿਲਾਂ ਟ੍ਰਾਂਸਪਲਾਂਟ ਕੀਤੀਆਂ ਸੀ ਆਪਾਂ, 1.5 ਮਹੀਨਾ ਪਹਿਲਾਂ ਹੀ। ਅੱਛਾ, ਅਤੇ ਆਹ ਕੀ ਚੀਜ਼ ਆ? ਇਹ ਚੱਪਣ ਕੱਦੂ ਹੈ ਜੀ। ਇਹ ਚੱਪਣ ਕੱਦੂ ਆ, ਆਹ ਬੈਂਗਣ ਲੱਗਦੇ ਹੈ ਨਾ? ਬੈਂਗਣ ਬੈਂਗਣ ਆਹ ਵੀ ਬੈਂਗਣ ਆ, ਇਹ ਵੀ ਬੈਂਗਣ। ਆਹ ਕੀ ਚੀਜ਼ ਆ? ਇਹ ਨਿੰਬੂ ਦਾ ਬੂਟਾ ਜੀ। ਇਹ ਨਿੰਬੂ ਦਾ ਬੂਟਾ, ਬਹੁਤ ਅੱਛਾ। ਆ ਇਹ ਤਾਂ ਮਿਰਚਾਂ ਮੇਰੇ ਖਿਆਲ। ਅੱਛਾ ਅੱਛਾ, ਆ ਇਹ ਚੱਪਣ ਕੱਦੂ, ਬਹੁਤ ਅੱਛਾ। ਕਰੇਲੇ ਦੀ ਵੇਲ ਤੁਸੀਂ ਸਾਹਮਣੇ? ਅੱਛਾ, ਆ ਕਰੇਲੇ ਦੀ ਵੇਲ ਆ। ਹਾਂ ਹਾਂ, ਇਹ ਕਦੋਂ ਕੁ ਕਰੇਲੇ ਦੀ ਵੇਲ ਲਗਾਈ ਸੀ? ਇਹ ਵੀ ਅੱਜ ਤੋਂ 35 ਦਿਨ ਪਹਿਲਾਂ ਲਾਈ ਸੀ। 35 ਦਿਨ? ਦਰਸ਼ਕੋ, ਇਹ ਦੇਖੋ 35-40 ਦਿਨ ਪਹਿਲਾਂ ਲਾਈ ਹੈਗੀ। ਕਿੱਡੀ ਵੱਡੀ ਇਹ ਕਰੇਲੇ ਦੀਆਂ 3-4 ਵੇਲਾਂ ਇਹ ਕਰੇਲੇ ਦੀਆਂ ਹੀ ਆ ਸਾਰੀਆਂ, ਹੈ ਨਾ? ਹਾਂਜੀ ਹਾਂਜੀ। ਇਹ ਕਰੇਲੇ ਵੀ ਮੇਰੇ ਖਿਆਲ ਲੱਗਣੇ ਸ਼ੁਰੂ ਹੋ ਜਾਣਗੇ ਇਹੋ। ਹਾਂਜੀ, ਹੋਰ ਬਸ 10 ਦਿਨ ਤੱਕ। 10 ਦਿਨ ਤਾਂ ਲੱਗਣੇ ਸ਼ੁਰੂ ਹੋ ਜਾਣੇ ਹੈਗੇ। ਅਤੇ ਇਹਦੇ ਨਾਲ ਆਹ ਬਾਥੂ ਆ ਮੇਰੇ ਖਿਆਲ। ਹਾਂਜੀ, ਟਮਾਟਰ ਹੈ ਜੀ ਨਾਲ, ਬਾਥੂ ਆ ਅਤੇ ਆਹ ਟਮਾਟਰ ਆ। ਹਾਂ, ਇਹ ਟਮਾਟਰ ਕਦੋਂ ਕਲਾਏ ਸੀ? ਇਹਨੂੰ ਹੋ ਗਏ 2.5 ਮਹੀਨੇ ਲੱਗੇ ਹੋਏ। 2.5 ਮਹੀਨੇ। ਆ ਇਹੋ ਹੀ ਤੋਰੀਆਂ ਦੀ ਵੇਲ ਆ, ਅਤੇ ਆਹ ਬੈਂਗਣ ਆ। ਬੈਂਗਣ ਦੀ ਆਹ ਵਾਲੀ ਕਿਹੜੀ ਵੇਲ ਆ? ਇਹ ਖੀਰੇ ਦੀ ਵੇਲ ਆ ਜੀ। ਅੱਛਾ, ਇਹ ਖੀਰੇ ਦੀ ਵੇਲ ਆ। ਹਾਂ ਹਾਂ, ਇਹ ਕਦੋਂ ਕਿੱਧਰ ਲਗਾਇਆ ਸੀ? ਇਹਨੂੰ ਵੀ ਹੋ ਗਿਆ ਹੋਣਾ ਜੀ 30-35, ਇਕੱਠੀ ਸਾਰੀ ਆਪਾਂ ਇੱਕ ਮੌਕੇ 'ਤੇ ਸਾਰੀਆਂ ਲਾਈਆਂ। ਅੱਛਾ, ਇੱਕੋ ਮੌਕੇ 'ਤੇ ਲਾਈਆਂ ਸੀ, ਮਤਲਬ ਜੇ ਤੁਸੀਂ ਜਦੋਂ ਵੀ ਯੂਜ਼ ਕਰਨਾ 1.5 ਮਹੀਨਾ ਪਹਿਲਾਂ ਲਾ ਲਓ। ਹਾਂ ਹਾਂਜੀ ਹਾਂਜੀ। ਆਹ ਮਿਰਚਾਂ ਹੈਗੀਆਂ ਦਰਸ਼ਕੋ, ਇਹ ਕੌੜੀ ਮਿਰਚ ਜੀ, ਇਹ ਫਿਰ ਟਮਾਟਰ ਆਪਣੇ ਕੋਲ ਲੱਗੇ, ਇਹ ਟਮਾਟਰ ਫਿਰ ਲੱਗੇ ਹੋਏ ਹੈਗੇ, ਬਹੁਤ ਵਧੀਆ। ਆਹ ਖੀਰੇ ਦੀ ਫਿਰ ਵੇਲ ਹੈ, ਖਰਬੂਜੇ ਦੀ ਹੈ? ਖਰਬੂਜੇ ਦੀ। ਅੱਛਾ, ਇਹ ਖਰਬੂਜੇ ਦੀ, ਓ ਹਾਂ, ਖਰਬੂਜੇ ਦਾ ਅੱਜ ਕੱਲ੍ਹ ਸੀਜ਼ਨ ਆ। ਇਹ ਕਿਹੜਾ ਬੋਬੀ ਖਰਬੂਜਾ ਕਿ ਦੂਜਾ ਨੋਰਮਲ ਖਰਬੂਜਾ? ਬੋਬੀ ਹੈ ਜੀ, ਇਹ ਬੋਬੀ ਖਰਬੂਜਾ। ਦਰਸ਼ਕੋ, ਬੋਬੀ ਖਰਬੂਜਾ ਬਹੁਤ ਛੋਟਾ ਜਿਹਾ ਹੁੰਦਾ ਅਤੇ ਮਿੱਠਾ ਬਹੁਤ ਹੁੰਦਾ ਹੈਗਾ। ਅੱਛਾ, ਫੁੱਲ ਬੂਟੇ ਵੀ ਲਾ ਸਕਦੇ ਹੋ ਇਹੋ? ਕੋਮਲਪ੍ਰੀਤ ਜੀ, ਪੰਜਾਬ ਦੇ ਵਿੱਚ ਜੇ ਕਿਸੇ ਨੇ ਆਪਣਾ ਕਿਚਨ ਗਾਰਡਨਿੰਗ ਕਰਨੀ ਹੋਵੇ, ਉਹਨੂੰ ਕੋਈ 2-3-4 ਵਧੀਆ ਜੇ ਟਿਪਸ ਦੇ ਦਿਓ ਜਾਂਦੇ ਜਾਂਦੇ ਪ੍ਰੋਗਰਾਮ ਵਿੱਚ? ਕਿਚਨ ਗਾਰਡਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਜੀ, ਆਪਾਂ ਜੇ ਆਪਣੇ ਕੋਲ ਘਰ ਦੇ ਵਿੱਚ ਮੰਨ ਲਓ ਜਗ੍ਹਾ ਨਹੀਂ ਹੈਗੀ ਕੱਚੀ, ਤਾਂ ਆਪਾਂ ਗਰੋ ਬੈਗ ਦੇ ਵਿੱਚ ਵੀ ਆਪਾਂ ਇਹ ਖੇਤੀ ਇਹਦੀ ਕਰ ਸਕਦੇ ਹਾਂ। ਛੋਟੇ ਛੋਟੇ ਆਪਣੇ ਕੋਲ ਪੋਲੀਥੀਨ ਦੇ ਬੈਗ ਹੁੰਦੇ ਨੇ, ਅੱਛਾ, ਜਿਨ੍ਹਾਂ ਦੇ ਵਿੱਚ ਆਪਾਂ ਮਿੱਟੀ ਪਲੱਸ ਵਰਮੀ ਕੰਪੋਸਟ ਇਹਦੇ ਵਿੱਚ ਪਾ ਕੇ ਆਪਾਂ ਘਰ ਦੇ ਲਈ ਸਬਜ਼ੀਆਂ। ਮਿੱਟੀ ਦੇ ਵਰਮੀ ਕੰਪੋਸਟ ਕਿਸ ਰੇਸ਼ੋ 'ਚ ਪਾਉਣੀ ਹੈਗੀ ਅਸੀਂ? 60% ਆਪਾਂ ਇਹਦੇ ਵਿੱਚ ਮਿੱਟੀ ਲੈ ਸਕਦੇ ਹਾਂ, 40% ਆਪਾਂ ਜਿਹੜੀ ਗੰਡੋਆ ਖਾਦ ਗੰਡੋਆ ਕਰਕੇ ਆਪਾਂ ਉਹ ਪਾਉਣੀ, ਬਹੁਤ ਵਧੀਆ ਜਿਹੜੀਆਂ ਸਬਜ਼ੀਆਂ ਆਪਣੇ ਵਰਤੋਂ ਲਈ ਤਿਆਰ ਕਰ ਸਕਦੇ ਹਾਂ। ਨਹੀਂ, ਇੱਕ ਵਾਰੀ ਜਦੋਂ ਇਹੋ ਪਾ ਲਈ 60-40% ਰੇਸ਼ੋ ਵਿੱਚ, ਫਿਰ ਮੁੜ ਕੇ ਤਾਂ ਨਹੀਂ ਕੋਈ ਖਾਦ ਪਾਉਣ ਦੀ ਲੋੜ? ਕਾਫੀ ਹੱਦ ਤੱਕ ਜ਼ਰੂਰਤ ਨਹੀਂ ਪੈਂਦੀ ਜੀ, ਇਸੇ ਨੇ ਆਪਣੀ ਜਿਹੜੀ ਪੌਦੇ ਦੀ ਜਿਹੜੀ ਜ਼ਰੂਰਤ ਹੈ ਉਹ ਪੂਰੀ ਕਰ ਦਿੰਦੇ ਨੇ, ਸਾਰੀ ਕਰ ਦਿੰਦੇ। ਹਾਂਜੀ ਹਾਂਜੀ। ਇਹ ਕਿਵੇਂ ਪਤਾ ਲੱਗੇਗਾ ਵੀ ਜਿਹੜਾ ਹੈਗਾ ਵੀ ਕਿਹੜੇ ਸੀਜ਼ਨ ਵਿੱਚ ਮੈਂ ਕਿਹੜੀ ਪਲਾਂਟਸ ਉਗਾਉਣੇ ਹੈਗੇ, ਉਹਦਾ ਵੀ ਕੋਈ ਫਾਰਮੂਲਾ ਹੁੰਦਾ ਹੈਗਾ? ਉਹਦਾ ਇਹੋ ਹੀ ਹੈ ਜੀ, ਜਿੱਦਾਂ ਹੁਣ ਆਪਣੇ ਕੋਲ ਜਨਵਰੀ ਫਰਵਰੀ ਤੋਂ ਬਾਅਦ ਜਿਹੜੀਆਂ ਨੇ ਵੇਲਾਂ ਵਾਲੀਆਂ ਸਬਜ਼ੀਆਂ, ਜਿਹੜੀ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਜ਼ਿਆਦਾ ਸਮਾਂ ਹੁੰਦਾ ਹੈ ਉਹਦੇ ਵਿੱਚ। ਹੁਣ ਗਰਮੀਆਂ ਵਿੱਚ ਤਾਂ ਜ਼ਿਆਦਾ ਵੇਲਾਂ ਵਾਲੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ ਆਪਾਂ ਉਗਾਵਾਂਗੇ। ਹਾਂਜੀ। ਉਸ ਤੋਂ ਬਾਅਦ ਅਗਸਤ ਤੋਂ ਬਾਅਦ ਆਪਣੇ ਕੋਲ ਸ਼ਿਮਲਾ ਮਿਰਚ, ਬੈਂਗਣ ਹੋ ਗਿਆ, ਇਹਨਾਂ ਸਾਰੀਆਂ ਸਬਜ਼ੀਆਂ ਦਾ ਖੀਰਾ, ਇਹਨਾਂ ਦਾ ਟਾਈਮ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਜੀ ਟਮਾਟਰ ਦੀ। ਅੱਛਾ, ਜਾਂ ਆਪਣੇ ਕੋਲ ਗੋਭੀ ਆ, ਬਰੋਕਲੀ ਆ ਸਰਦੀਆਂ ਵਿੱਚ, ਗੋਭੀ ਲਈ ਬਰੋਕਲੀ ਵਗੈਰਾ ਜਿਹੜਾ ਸਰਦੀਆਂ ਵੀ ਆਪਾਂ ਉਹਦੇ ਵਿੱਚ ਲਗਾ ਸਕਦੇ ਹਾਂ ਆਪਣੇ ਘਰੇਲੂ ਬਗੀਚੀ ਦੇ ਵਿੱਚ। ਅੱਛਾ, ਇੱਕ ਜਿਹੜੀ ਯੈਲੋ ਅਤੇ ਰੈੱਡ ਜੇ ਸ਼ਿਮਲਾ ਮਿਰਚ ਲਾਉਣੀ ਹੋਵੇ, ਐਂਟੀ ਆਕਸੀਡੈਂਟ ਹੈਲਥ ਫਰੈਂਡਲੀ ਬਹੁਤ ਆ, ਉਹ ਕਿਵੇਂ ਉਗਾ ਸਕਦੇ ਹੈਗੇ? ਉਹਨੂੰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਉਗਾ ਸਕਦੇ ਹਾਂ ਜੀ। ਨਹੀਂ, ਉਹਦਾ ਬੀਜ ਮਿਲਦੇ ਆ ਕਿ ਜਾਂ ਉਹਦਾ ਕੋਈ ਪਨੀਰੀ ਮਿਲਦੀ?
ਪਨੀਰੀ ਤਿਆਰ ਕਰਕੇ ਲਗਾਉਣਾ ਜਿਹੜਾ ਜ਼ਿਆਦਾ ਵਧੀਆ ਰਹਿੰਦਾ ਜੀ, ਇੱਥੇ ਪਨੀਰੀ ਆਪਣੇ ਕੋਲ ਤਿਆਰ ਕੀਤੀ ਜਾਂਦੀ ਹੈ। ਅੱਛਾ, ਚਲੋ, ਪੰਜਾਬ ਦੇ ਲੋਕਾਂ ਨੂੰ ਜਾਂਦੇ ਜਾਂਦੇ ਕੋਈ ਮੈਸੇਜ ਦਿਓ ਘਰੇਲੂ ਬਗੀਚੀ ਬਾਰੇ। ਇਹੋ ਜੀ, ਆਪਾਂ ਦੇਖੋ ਜੀ, ਜਿੰਨਾ ਆਪਾਂ ਵੱਧ ਤੋਂ ਵੱਧ ਰੁਚੀ ਪੈਦਾ ਕਰਾਂਗੇ ਉਸੇ ਓਨੇ ਹੀ ਆਪਾਂ ਜ਼ਿਆਦਾ ਵਧੀਆ ਤਰੀਕੇ ਨਾਲ ਸਬਜ਼ੀਆਂ ਆਪਣੀ ਵਰਤੋਂ ਦੇ ਲਈ ਪੈਦਾ ਕਰ ਸਕਦੇ। ਬਹੁਤ ਹੀ ਵਧੀਆ ਕੋਨਸੈਪਟ ਹੈਗਾ ਆ ਜਿਹਦੇ 'ਚ ਆਪਾਂ ਆਪਣੀ ਵਰਤੋਂ ਦੀਆਂ ਸਬਜ਼ੀਆਂ ਤਿਆਰ ਕਰਕੇ ਤਾਂ ਕਿ ਆਪਾਂ ਨੂੰ ਬਾਹਰੋਂ ਖਰੀਦਣ ਦੀ ਜ਼ਰੂਰਤ ਨਾ ਪਵੇ, ਘੱਟ ਦਵਾਈਆਂ ਵਾਲੀਆਂ ਸਬਜ਼ੀਆਂ ਖਾ ਕੇ ਆਪਾਂ ਸਿਹਤ ਨੂੰ ਵੱਧ ਵਧੀਆ ਤਰੀਕੇ ਦੇ ਨਾਲ ਰੱਖ ਸਕਦੇ। ਬਹੁਤ ਵਧੀਆ ਕੋਮਲਪ੍ਰੀਤ ਜੀ, ਥੈਂਕ ਯੂ ਵੈਰੀ ਮੱਚ ਸਾਡੇ ਨਾਲ ਗੱਲਬਾਤ ਕਰਨੀ। ਥੈਂਕ ਯੂ।